अज गुरु काशी यूनिवर्सिटी के डॉक्टर जसवंत सिंह जी और उन्होंने नाल बीबा रमनदीप कौर जेडे के सिख रिसर्च इंस्टीट्यूट नाल संबंध रखते हैं वो इत्थे आए और उन्होंने विचरण का मौका मिलिया। बहुत खुशी हुई ये जान के कि वह श्री गुरु ग्रंथ साहब जी दे उपर एक प्रोजेक्ट विच काम कर रहे हैं जिदे विच के जो भी इस पावन पुस्तक दे नाल संबंधित चीज़ा ने जिन्हें भी वो बहुआयामी पक्ष ने उन्हें सारे दे उपर क्यूरेशन करके एक एक तरह का सर्च इंजन वह डिवेलप कर रहे हैं। इहदा महत्व इस समय इस डिजिटल युग दे विच बहुत वध जांदा है क्योंकि जिहड़ी जिहड़ी भी जानकारी श्री गुरु ग्रंथ साहब जी दे बारे कवियां दी लेखकां दी म्यूजिशियंस दी सोशियोलॉजिस्ट एंथ्रोपोलॉजिस्ट लिंग्विस्टिक्स सारे जिहड़े पक्ष हैगे आ उहनां दे नाल संबंधित लेखकां ने जो जो भी इस श्री गुरु ग्रंथ साहब जी दे बारे लिखिया है जिन्ने सोर्सेस तो जो जानकारी उन्हां नूं मिल सकती सी ओह लै के उहदे बारे खोज करके सिर्फ यही नहीं कि एक थां ते पेस्ट कर दिती गई है वह जानकारी उहदे विच उन्होंने अपना भी पक्ष ऐड किया है उन्होंने टीम ने और जिहदे नाल एक जिहड़ा कंटैंपरेरी उहदी संरचना तो नहीं मैं कहूँगी लेकिन उहदा कंटैंपरेरी परस्पैक्टिव भावें वह रिलीजियस होवे भावें वह सोशियोलॉजिस्ट होवे भावें वह इकोनोमिस्ट एग्रीकल्चरिस्ट जिहड़ा भी पक्ष होवे उहदे बारे एक एक मैं कहूँगी एक इनवैल्यूएबल डॉक्यूमेंटेशन हो रही है जिहड़ी ना सिर्फ हुण दे रिसर्चर दे काम आऊगी इहदे नाल नाल ओह एक साडियां आने वालियां पीढ़ियां दे लई एक बहुत ही अनमोल खजाने दी खजाना दे के जाण दी तैयारी कर रहे हन। और इस तो वड्डी गल ये है कि बिल्कुल एक जिवें साइंटिफिक रिसर्च वाली उन्हां दी अप्रोच है जिहड़ी जिहड़े हुण तक कई खोजां सानूं मिलियां ने भावें ओह इटिमोलॉजी होवे शब्दां दा हिस्ट्री होवे भावें ओह किसे होर भावें उहदे विच टैक्सटाइल दा जिथे जिक्र आंदा उहनां ते जिहड़ा काम कीता गया उहदे विच किते रेफरेंसेस नहीं दित्ते होए या क्रॉस रेफरेंसेस नहीं हैगे ਉਹ ਹੁਣ ਬਿਲਕੁਲ ਜਿਵੇਂ ਮੈਂ ਕਿਹਾ ਕਿ ਇੱਕ ਸਾਇੰਟਿਫਿਕ ਖੋਜੀ ਦੇ ਮਨ ਦੇ ਨਾਲ ਇੱਕ ਸਾਇੰਟਿਫਿਕ ਖੋਜੀ ਦੇ ਪਰਸਪੈਕਟਿਵ ਦੇ ਨਾਲ ਉਹਦੇ ਵਿੱਚ ਰੈਫਰੈਂਸਿਸ ਕ੍ਰੋਸ ਰੈਫਰੈਂਸਿਸ ਇਨਕਲੂਡ ਕਰਕੇ ਤਾਂ ਕਿ ਕੱਲ੍ਹ ਨੂੰ ਜੇ ਕੋਈ ਹੋਰ ਵੀ ਰਿਸਰਚਰ ਉਹਦੇ ਉੱਪਰ ਕੰਮ ਕਰਨਾ ਚਾਹੁੰਦਾ ਤਾਂ ਉਹ ਉਸ ਰੈਫਰੈਂਸ ਨੂੰ ਪਿੱਕ ਕਰਕੇ ਅੱਗੇ ਆਪਣੀ ਜਾਣਕਾਰੀ ਦੇ ਲਈ ਜੋ ਵੀ ਉਹ ਸੰਬੰਧਿਤ ਰੀਡਿੰਗ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਣ। ਜਿੱਥੇ ਤੱਕ ਮੈਨੂੰ ਜੋ ਪੱਖ ਅੱਛਾ ਲੱਗਿਆ ਕਿ ਇੱਕ ਤਾਂ ਹੈ ਕਿ ਇੱਕ ਸਾਡੇ ਇੱਕ ਪਾਵਨ ਗ੍ਰੰਥ ਦੀ ਮੈਂ ਇਹ ਕਹੂੰਗੀ ਕਿ ਡਿਜੀਟਲ ਡਾਕੂਮੈਂਟੇਸ਼ਨ ਫਰੋਮ ਆਲ ਪਰਸਪੈਕਟਿਵ ਉਹ ਤਾਂ ਹੋ ਰਹੀ ਹੈ ਪਰ ਉਹਦੇ ਨਾਲ ਨਾਲ ਜਿਵੇਂ ਡਿਸਕਸ਼ਨ ਕਰਦਿਆਂ ਜੋ ਪਤਾ ਲੱਗਿਆ ਕਿ ਜੇ ਅਸੀਂ ਆਪਣੇ ਜਿਹੜੇ ਸੰਦਰਭ ਦੇ ਵਿੱਚ ਅਗਰ ਮੈਂ ਕੰਮ ਕਰਨਾ ਚਾਹੁੰਦੀ ਹਾਂ ਜਿਹੜਾ ਮੇਰਾ ਪਰਸਪੈਕਟਿਵ ਹੈ ਜਿਹਦੇ ਉੱਤੇ ਮੈਂ ਰਿਸਰਚ ਕਰਨਾ ਚਾਹੁੰਦੀ ਹਾਂ ਮੰਨ ਲਓ ਉਹ ਰਾਗਾਂ ਦੇ ਨਾਲ ਸੰਬੰਧਿਤ ਹੈ ਤਾਂ ਅਸੀਂ ਉਹਦੇ ਵਿੱਚੋਂ ਕੀ ਵਰਡਸ ਅਗਰ ਪਾ ਦਈਏ ਜਾਂ ਇੱਕ ਦੋ ਵਰਡਸ ਇਹੋ ਜਿਹੇ ਪਾ ਦਈਏ ਜਿਹੜੇ ਕਿ ਉੱਥੇ ਉਹਦੇ ਵਿੱਚ ਅਵੇਲੇਬਲ ਹੋਣ ਤਾਂ ਉਹ ਸਾਰੀ ਜਾਣਕਾਰੀ ਸਾਨੂੰ ਇੱਕੋ ਵਾਰ ਦੇ ਵਿੱਚ ਉਹਦੇ ਬਾਰੇ ਪੂਰੀ ਦੀ ਪੂਰੀ ਮਿਲ ਜੂਗੀ। ਇਸੇ ਤਰ੍ਹਾਂ ਹੀ ਅਗਰ ਅਸੀਂ ਭਗਤਾਂ ਦੀ ਬਾਣੀ ਦੀ ਗੱਲ ਕਰੀਏ ਤਾਂ ਭਗਤਾਂ ਦੀ ਬਾਣੀ ਦੇ ਵਿੱਚ ਉਹਦਾ ਕੀ ਮਲਟੀਫੈਸੇਟਿਡ ਆਸਪੈਕਟਸ ਕੀ ਡੀਲ ਕੀਤੀਆਂ ਗਈਆਂ ਨੇ ਉਹਦੇ ਬਾਰੇ ਪਤਾ ਲੱਗ ਜੂਗਾ। ਜੇ ਅਸੀਂ ਕੇਵਲ ਪਕਸ਼ੀਆਂ ਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਉਹ ਕੀ ਵਰਡਸ ਪਾ ਕੇ ਸਾਨੂੰ ਉਹਦੇ ਬਾਰੇ ਸਾਰੇ ਦੀ ਸਾਰੀ ਜਾਣਕਾਰੀ ਮਿਲ ਜੂਗੀ। ਇਸ ਕਰਕੇ ਇਹ ਜਿਹੜੀ ਇਹ ਜਿਹੜਾ ਡਾਕੂਮੈਂਟ ਤਿਆਰ ਹੋ ਰਿਹਾ ਡਿਜੀਟਲ ਡਾਕੂਮੈਂਟ ਜਿਹੜਾ ਤਿਆਰ ਹੋ ਰਿਹਾ ਇਹਨੂੰ ਕੋਈ ਵੀ ਐਂਥਰੋਪੋਲੋਜਿਸਟ ਅਗਰ ਹੋਊਗਾ ਭਾਵੇਂ ਉਹ ਖੇਤੀ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਕੱਪੜਿਆਂ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਮਿਊਜ਼ਿਕ ਦੇ ਨਾਲ
ਉਹਨਾਂ ਦੀ ਸਪੈਸ਼ਲਾਈਜੇਸ਼ਨ ਹੋਵੇ ਤਾਂ ਉਹ ਹਰ ਇੱਕ ਤਰ੍ਹਾਂ ਦੇ ਮਤਲਬ ਹਰ ਇੱਕ ਕਲਚਰਲ ਕੰਟੈਕਸਟ ਦੇ ਵਿੱਚ ਆਪਣਾ ਜਿਹੜਾ ਪਰਸਪੈਕਟਿਵ ਉਹ ਲੈਣਾ ਚਾਹੁੰਦੇ ਆ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਸਕਦੀ ਹੈ। ਤੇ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਟੀਮ ਦੇ ਲਈ ਔਰ ਇਸ ਡਾਕੂਮੈਂਟ ਦੇ ਜ਼ਿਆਦਾ ਤੋਂ ਜ਼ਿਆਦਾ ਇਹ ਪੂਰੀ ਦੁਨੀਆ ਦੇ ਵਿੱਚ ਸਾਡੇ ਇੱਕ ਗ੍ਰੰਥ ਸਾਹਿਬ ਜੀ ਦੀ ਅਗਰ ਪੂਰੀ ਦੁਨੀਆ ਦੇ ਵਿੱਚ ਇਹ ਤੋਂ ਲਈ ਗਈ ਜਾਣਕਾਰੀ ਜਾਂ ਇਹਦੇ ਬਾਰੇ ਗਿਆਨ ਦੇਣ ਦਾ ਇੱਕ ਉਪਰਾਲਾ ਹੈ। ਬਹੁਤ ਅੱਛਾ ਲੱਗਿਆ ਇਹ ਜਾਣਕਾਰੀ।